युवराज सिंह 15 मिनट हो गए। बहुत ही घैंट सब्जी बनी है। सब्सक्राइब नहीं किया, जे रेगुलरली वीडियो देखते ने ते प्लीज सब्सक्राइब करो, क्योंकि सिर्फ उन्होंने 15% जन ने सब्सक्राइब किया, बाकी 85 जन ने नहीं किया। 85% लोग ने ਦੂ ਸਬਸਕ੍ਰਾਈਬ ਤੇ ਮਿਲ ਜਾਣਾ ਨੂੰ ਆਪਾਂ ਥੋੜੀ ਦੇਰ ਤੱਕ। ਗਾਇਸ ਹੁਣ ਆਪਾਂ ਹੋਏ ਆ ਫੈਂਟੈਸਟਿਕ ਫੇਜ ਤੇ ਇਹਨਾਂ ਨੂੰ ਮਿਲੋ ਆਨੇ ਸੌਰਭ ਭਾਜੀ ਐਵਾ ਯੁਵਰਾਜ ਸਿੰਘ। ਤੇ ਗਾਇਸ ਹੁਣ ਆਪਾਂ ਆਏ ਆ ਕਾਰ ਚਲਾਉਣ, ਥੋੜੀ ਬਹੁਤ ਗੇੜੀ ਲਾਣ ਆਏ ਦੋਸਤਾਂ ਨਾਲ। ਐ ਯੁਵਰਾਜ ਸਿੰਘ ਹਾਂ ਐ ਰਾਗਲ ਉਤਰਾ ਆ ਗਿਆ ਬਸ 15 ਮਿੰਟ ਆਦੀ ਹੋਣੀ ਤੇ ਐ ਪਿੱਛੇ ਤੇ ਹੁਣ ਜਾਵਾਂਗੇ ਸੌਫਟੀ ਖਾਨ ਤੇ ਉਸ ਤੋਂ ਬਾਅਦ ਘਰ ਮਿਲੇ ਤੁਹਾਨੂੰ ਅੱਗੇ ਯੁਵਰਾਜ ਸਿੰਘ। ਯੇ ਬੁਆਏ ਤੇ ਗਾਇਸ ਉਹਨਾਂ ਨੂੰ ਡ੍ਰੌਪ ਕਰਤਾ ਹੈ ਤੇ ਹੁਣ ਮੈਂ ਪੇਰੈਂਟਸ ਨਾਲ ਆਇਆ ਮਾਰਿਆ ਬਾਹਰ ਤੇ ਹਰਗੁੰਡੇਰੀ ਆਏ ਤੇ ਪਹਿਲਾਂ ਉੱਥੇ ਜਾਂਦੇ ਫਿਰ ਤੁਹਾਨੂੰ ਮੈਂ ਮਿਲਦਾ। ਤੇ ਗਾਇਸ ਸਮਾਨ ਲੈ ਲਿਆ, ਤੁਸੀਂ ਪਿੱਛੇ ਡੇਰੀ ਵੇਖ ਸਕਦੇ ਹੋ। ਤੇ ਚਲੀਏ ਹੁਣ ਗੱਡੀ ਵਿੱਚ, ਪਾਪਾ ਨੂੰ ਪਾਪਾ ਦੇ ਫਰੈਂਡ ਮਿਲ ਗਏ ਆ, ਮੈਂ ਮਿਲਦਾ ਤੁਹਾਨੂੰ ਥੋੜ੍ਹੀ ਦੇਰ ਤੱਕ। ਗਾਇਸ ਜਿਸਦੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਨਵਰਾਤਰੇ ਕੱਲ੍ਹ ਤੋਂ ਸਟਾਰਟ ਆ ਤੇ ਮੈਂ ਤੇ ਮੰਮਾ ਖੇਤਰੀ ਮਾਤਾ ਜੀ ਨੂੰ ਲੈਣ ਆਏ ਸੀ चुकी है। बहुत ही स्वाद लग रही है, खाने दस दिन कैसे खादी है ते बार चो मिलने बनाया शकीन पिता फेमस जूस बार देख सकते मगर। हेलो, कैसे पहुंचे हो? असि आए हैं बिना शक पीने। अच्छा आप भी, क्या बात है भाई। चलो अभी आप भी पीने बिना शक, भाई होने भी पीना है बिना शक। भाई की कहना चाहोगे? कहना तो कुछ नहीं चाहते, हमें भी व्लॉगिंग कर दो। व्लॉगिंग की फड़ो कैमरा तो स्टार्ट। आईफोन नहीं ना जेता करके। आईफोन तो थोड़े ना अपने फोन तो भी कर सकते हो। वाले फोन तो कर सकते हैं। खाना मैं बनाने, सब्जी मैं बनाने, आटा बना रहे, चीज क्रीम ग्रेवी बन चुकी है ਤੇ ਬਸ ਹੁਣ ਪਨੀਰ ਐਡ ਕਰਨਾ ਬਾਕੀ ਹੈ। ਪਨੀਰ ਮੈਂ ਲਿਆਤਾ, ਐਡ ਕਰਾਂਗੇ। ਬਹੁਤ ਹੀ ਟੇਸਟੀ ਹੁੰਦੀ ਹੈ ਸਬਜ਼ੀ ਅਤੇ ਜੋ ਪਾਉਂਦੀ ਮੈਂ ਤੁਹਾਨੂੰ ਖਾਂਦਾ, ਇਸ ਕਰਕੇ ਦੱਸਦਾ ਬਹੁਤ ਹੀ ਸਵਾਦ ਹੁੰਦੀ ਹੈ। ਚਲੋ ਇਸ ਹੁਣ ਪਨੀਰ ਐਡ ਕਰਤਾ ਅਤੇ ਬਸ ਆਲਮੋਸਟ ਰੈਡੀ ਸਬਜ਼ੀ ਅਤੇ ਕਾਫੀ ਯਮੀ ਹੁੰਦੀ ਹੈ। ਤਾਂ ਮੈਂ ਰੈਸਪੀ ਇੱਕ ਦਿਨ ਜ਼ਰੂਰ ਸ਼ੇਅਰ ਕਰਾਂਗਾ। ਮੇਨ ਹੈ ਚਾਵਲ ਡਿਸ਼ ਅਤੇ ਇਹਨੂੰ ਮੈਂ ਘਰ ਥੋੜ੍ਹਾ ਇੱਧਰੋਂ ਇੱਧਰੋਂ ਯੂਟਿਊਬ ਤੋਂ ਸਿੱਖ ਕੇ ਬਣਾਉਣਾ ਸਿੱਖਿਆ ਅਤੇ ਕਾਫੀ ਵਧੀਆ ਬਣਦੀ ਹੈ। ਮੈਂ ਬਣਾਈ ਅੱਜ, ਉਂਝ ਤਾਂ ਮੰਮਾ ਹੀ ਬਣਾਉਂਦੇ ਆ, ਪਰ ਮੈਂ ਚਲੋ ਅੱਜ ਕੰਟੈਂਟ ਹੋ ਜਾਏਗਾ ਅਤੇ ਨਾਲੇ ਸਬਜ਼ੀ ਬਣ ਜਾਏਗੀ। ਪਨੀਰ ਵਿੱਚ ਹੈ ਥੋੜ੍ਹਾ ਘੱਟ, ਥੋੜ੍ਹਾ ਹੋਰ ਐਡ ਕਰਦੇ ਹਾਂ ਅਤੇ ਮਿਲਦੇ ਤੁਹਾਨੂੰ ਸਬਜ਼ੀ ਬਣਾ ਕੇ। ਤੇ ਗਾਇਸ ਸਬਜ਼ੀ ਰੈਡੀ ਹੋ ਚੁੱਕੀ ਹੈ, ਤਾਂ ਆਪਾਂ ਸਰਵ ਕਰਕੇ ਖਾਂਦੇ ਹਾਂ। ਬਹੁਤ ਹੀ ਘੈਂਟ ਸਬਜ਼ੀ ਬਣੀ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਚਲੋ ਹੁਣ ਇਹਨੂੰ ਕੱਢਦੇ ਹਾਂ ਆਪਾਂ ਸਰਵ। ਅਤੇ ਗਾਇਸ ਤੁਸੀਂ ਦੇਖ ਸਕਦੇ ਹੋ ਤਿਆਰ ਹੋ ਗਈ ਆਪਣੀ ਚੀਜ਼ ਕਰੀਮ, ਨਾਲ ਆਪਾਂ ਘਰ ਦੀ ਚਪਾਤੀ ਖਾਵਾਂਗੇ। ਅਤੇ ਬਿਲਕੁਲ ਵੀ ਐ ਨਹੀਂ ਮੈਂ ਬਾਹਰੋਂ ਮੰਗਵਾਈ ਹੈ, ਬਿਲਕੁਲ ਟੋਟਲੀ ਘਰ ਬਣਾਈ ਹੈ। ਅਤੇ ਸਾਹਮਣੇ ਮੈਂ ਪੂਰੀ ਗ੍ਰੇਵੀ ਅਤੇ ਪੂਰੀ ਸਬਜ਼ੀ ਬਣਾਈ ਹੈ।
ਕੋਈ ਫੇਕ ਨਹੀਂ ਹੈ ਤੇ ਹੁਣ ਆਪਾਂ ਖਾਂਦੇ ਹਾਂ ਡਿਨਰ ਕਰਦੇ ਆਪਣਾ ਮਿਲਦਾ ਤੁਹਾਨੂੰ ਮੈਂ ਡਿਨਰ ਕਰਕੇ ਸੋ ਗਾਇਜ਼ ਡਿਨਰ ਕੰਪਲੀਟ ਹੋ ਚੁੱਕਿਆ ਅਤੇ ਅੱਜ ਦਾ ਵਲੋਗ ਵੀ ਕੰਪਲੀਟ ਹੋ ਚੁੱਕਿਆ ਹੈ ਆਈ ਨੋ ਕਿ ਥੋੜ੍ਹਾ ਛੋਟਾ ਸੀ ਥੋੜ੍ਹਾ ਬੋਰਿੰਗ ਸੀ ਪਰ ਕੋਈ ਨਹੀਂ ਅਗਲਾ ਵਲੋਗ ਬਹੁਤ ਮਜ਼ੇਦਾਰ ਹੋਣ ਵਾਲਾ ਦੇਖਣਾ ਨਾ ਭੁੱਲਿਓ ਅਤੇ ਅੱਜ ਦੇ ਵਲੋਗ ਵੇਖਣ ਵਾਸਤੇ ਥੈਂਕ ਯੂ ਮਿਲਦੇ ਤੁਹਾਨੂੰ ਆਪਾਂ ਅਗਲੇ ਵੀਡੀਓ ਵਿੱਚ ਉਦੋਂ ਤੱਕ ਵਾਸਤੇ ਬਾਏ।